अस्सलाम वालेकुम। अक्सर दोस्त JF17 ब्लॉक 3 ਦੇ متعلق ਅਪਡੇਟਸ ਦੇ ਬਾਰੇ ਦੇ ਵਿੱਚ ਪੁੱਛ ਰਹੇ ਨੇ ਕਿ ਇਹ ਕਿਦੋਂ ਤੱਕ ਤਿਆਰ ਹੋਏਗਾ ਤੇ ਤਿਆਰੀ ਦੇ ਹਵਾਲੇ ਦੇ ਨਾਲ ਕਿਤੋਂ ਤੱਕ ਪਹੁੰਚਿਆ ਹੈ। ਪਾਕਿਸਤਾਨ 에어 ਫੋਰਸ ਦੇ ਵਿੱਚ ਇਹ ਕਿਦੋਂ ਸ਼ਾਮਿਲ ਹੋਣਗੇ? ਪਾਕਿਸਤਾਨ 에어 ਫੋਰਸ ਦੇ ਵਿੱਚ ਇਹ ਤਿਆਰੇ ਕਿਦੋਂ ਸ਼ਾਮਿਲ ਹੋਣਗੇ? ਇਹਦੇ ਤੇ ਮੇਰੀ ਇੱਕ ਵੀਡੀਓ ਮੌਜੂਦ ਹੈ ਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਹੈ। ਲੇਕਿਨ JF17 ਬਲੌਕ 3 ਦੀ ਤਿਆਰੀ ਦੇ ਹਵਾਲੇ ਦੇ ਨਾਲ ਫਰਵਰੀ 2018 ਤੱਕ ਦੀ ਅਪਡੇਟਸ ਕੀ ਨੇ? ਅੱਜ ਦੀ ਵੀਡੀਓ ਇਸੇ ਗੱਲ ਤੇ 2018 ਤੱਕ ਦੀ ਅਪਡੇਟਸ ਕੀ ਨੇ? ਅੱਜ ਦੀ ਵੀਡੀਓ ਇਸੇ ਗੱਲ ਤੇ। ਦੋਸਤੋ ਮੈਂ ਦੀਮਾ, ਤੁਸੀਂ ਦੇਖ ਰਹੇ ਹੋ ਪੰਜਾਬੀ ਲੀਗ। ਚਲੋ ਸ਼ੁਰੂ ਕਰਦੇ ਹਾਂ। ਚਾਈਨੀਜ਼ ਨਿਊਜ਼ ਸੋਰਸਿਸ ਦੇ ਮੁਤਾਬਿਕ ਚੰਦੂ 에어ਕ੍ਰਾਫਟ ਇੰਡਸਟਰੀ ਦੇ BAF JF17 ਥੰਡਰ ਬਲੌਕ 3 ਦੇ متعلق ਇੱਕ ਵੱਡਾ ਸੰਗੇ ਮੀਲ ਅਬੂਰ ਕਰ ਲਈਆਂ ਨੇ। ਇਨਕੇ JF17 ਬਲੌਕ 3 ਦੇ ਵਿੱਚ ਮੇਜਰ ਅਪਡੇਟਸ ਤੇ ਇਲੈਕਟ੍ਰੋਨਿਕ ਸਬ ਸਿਸਟਮਸ ਲਗਾਏ ਜਾ ਰਹੇ ਨੇ, ਜਿਹਦੇ ਵਿੱਚ ਇਲੈਕਟ੍ਰੋਨਿਕਲੀ ਸਕੇਨ ਐਰੇ ਰਡਾਰ ਤੇ ਨਵਾਂ ਇੰਟੀਗ੍ਰੇਟਿਡ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ FPW ਡਿਜੀਟਲ ਫਲਾਈਟ ਕੰਟਰੋਲ ਸਿਸਟਮ ਤੇ ਹੈਲਮਟ ਮਾਊਂਟਡ ਸਾਈਡ ਡਿਸਪਲੇਸ ਸ਼ਾਮਿਲ ਨੇ। ਸੀਨਾ ਨਿਊਜ਼ ਦੇ ਮੁਤਾਬਿਕ CAIG ਤੇ BAF ਨੇ ਕਾਮਯਾਬੀ ਦੇ ਨਾਲ JF17 ਬਲੌਕ 3 ਦੇ ਵਿੱਚ ਸਬ ਸਿਸਟਮ ਦੀ ਇੰਸਟਾਲੇਸ਼ਨ ਦਾ ਕੰਮ ਮੁਕੰਮਲ ਕਰ ਲਿਆ ਹੈ ਤੇ ਇਹਦੇ ਨਾਲ ਨਾਲ 에어 ਫਰੇਮ ਦੇ ਵਿੱਚ ਮੋਡੀਫਿਕੇਸ਼ਨ ਵੀ ਕਰ ਲਈ ਗਈ ਹੈ। ਇਹਦਾ ਮਕਸਦ ਇਲੈਕਟ੍ਰੋਨਿਕਲੀ ਸਕੇਨ ਐਰੇ ਰਡਾਰ ਦੀ ਇੰਸਟਾਲੇਸ਼ਨ ਮੁਕੰਮਲ ਕਰਨਾ ਹੈ। ਨੈਨਜਿੰਗ ਰਿਸਰਚ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਟੈਕਨੋਲੋਜੀ ਵੱਲੋਂ ਟ੍ਰਾਂਸਮਿਟ ਤੇ ਰਿਸੀਵ ਮੋਡਿਊਲ ਤੇ 에어 ਫਰੇਮ ਦੇ ਵਿੱਚ ਕਾਕਪਿਟ ਦੇ ਲਈ ਵੀ ਕਾਮਯਾਬੀ ਦੇ ਨਾਲ ਤਬਦੀਲੀ ਕਰ ਦਿੱਤੀ ਗਈ ਹੈ। CAIG ਤੇ BAF 2019 ਤੇ 2020 ਦੇ ਵਿੱਚ ਪ੍ਰੋਡਕਸ਼ਨ ਦੇ ਤੈਅਸ਼ੁਦਾ ਸ਼ਡਿਊਲ ਦੇ ਮੁਤਾਬਿਕ ਚੱਲ ਰਹੇ ਨੇ। ਫਿਲਹਾਲ ਪਾਕਿਸਤਾਨ 에어 ਫੋਰਸ 50 JF17 ਬਲੌਕ 3 ਹਾਸਲ ਕਰੇਗਾ ਤੇ ਜਦੋਂ ਤੱਕ ਕਿਸੇ ਹੋਰ ਤਿਆਰੇ ਦੀ ਖਰੀਦਦਾਰੀ ਨਹੀਂ ਕੀਤੀ ਜਾਂਦੀ, ਇੰਜ ਲੱਗਦਾ ਹੈ ਕਿ JF17 ਬਲੌਕ 3 ਪਾਕਿਸਤਾਨ 에어 ਫੋਰਸ ਦੇ ਵਿੱਚ ਪਹਿਲਾ ਪਲੇਟਫਾਰਮ ਹੋਏਗਾ ਜਿਹਦੇ ਵਿੱਚ ਐਸੇ ਰਡਾਰ ਇਸਤੇਮਾਲ ਕੀਤਾ ਜਾਏਗਾ। ਮਕੈਨੀਕਲੀ ਸਟੀਰਡ ਰਡਾਰ ਦੇ ਮੁਕਾਬਲੇ ਦੇ ਵਿੱਚ ਐਸੇ ਰਡਾਰ ਸੈਂਕੜੋ ਇਨਫਰਾਦੀ ਤੌਰ ਤੇ DRMS ਇਸਤੇਮਾਲ ਕਰਦੇ ਨੇ ਤੇ ਹਰ ਇੱਕ ਦੀ ਅਲੱਗ ਟ੍ਰਾਂਸਮਿਟ ਫ੍ਰੀਕੁਐਂਸੀ ਹੁੰਦੀ ਹੈ ਤੇ ਹਰ ਪਲਸ ਕਈ ਫ੍ਰੀਕੁਐਂਸੀ ਇਸਤੇਮਾਲ ਕਰਦਾ ਹੈ, ਜਿਹਦੀ ਵਜ੍ਹਾ ਦੇ ਨਾਲ ਦੁਸ਼ਮਣ ਦੇ EW ਸਿਸਟਮਸ ਦੇ ਲਈ ਮੁਸ਼ਕਿਲ ਹੁੰਦਾ ਹੈ ਕਿ ਇਹਨਾਂ ਨੂੰ ਜੈਮ ਕਰ ਸਕੇ। ਕਾਸਟ ਦੇ ਹਵਾਲੇ ਨਾਲ ਇਹ ਦੂਸਰੇ ਰਡਾਰ ਤੋਂ ਮਹਿੰਗਾ ਹੁੰਦਾ ਹੈ, ਇਸ ਲਈ ਇਜ਼ਾਫੀ ਕੂਲਿੰਗ ਤੇ ਬਿਜਲੀ ਦੀ ਵੀ ਜ਼ਰੂਰਤ ਹੁੰਦੀ ਹੈ ਜਿਹਦੇ ਲਈ ਐਕਸਟਰਾ ਇਕੁਇਪਮੈਂਟਸ ਦੀ ਇੰਸਟਾਲੇਸ਼ਨ ਕੀਤੀ ਜਾਂਦੀ ਹੈ।